ਲਓ ਜੀ, ਸਵੇਰ ਦੇ ਵੱਜ ਗਏ ਨੇ 6:45 ਦਾ ਟਾਈਮ ਹੋ ਗਿਆ ਹੈ ਸਵੇਰ ਦਾ, ਅਤੇ ਰੱਬ ਆਪਣਿਆਂ ਦੀ ਤਿਆਰੀ ਹੋ ਗਈ ਹੈ ਸਕੂਲ ਦੀ। 2 ਛੁੱਟੀਆਂ ਤੋਂ ਬਾਅਦ ਕਿੱਦਾਂ ਦਾ ਲੱਗਣ ਦਿਆ ਜਾਣਾ ਸਕੂਲ? ਬਿਲਕੁਲ ਨਹੀਂ ਚੰਗਾ, ਵਧੀਆ ਲੱਗਣ ਦਿਆ? ਸ਼ੁਕਰ ਹੈ। ਅਤੇ ਸਵੇਰੇ ਸਵੇਰੇ ਜੁੱਤੀ ਪੋਲਿਸ਼ ਆ ਗਏ ਜੇ ਜਾਓ, ਅਤੇ ਇੱਧਰ ਡੈਡੀ ਆਏ ਸੀਗੇ, ਡੈਡੀ ਨੇ ਅੱਜ ਜਾਣਾ ਸੀਗਾ ਅਤੇ ਡੈਡੀ ਵੀ ਚਲੇ ਗਏ ਬਸ, ਅਤੇ ਉਹਨਾਂ ਨੂੰ ਵੀ ਲੈਣ ਆ ਗਏ ਬਾਹਰ। ਇੱਧਰ ਕਰ 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 ਕਰ, ਮੇਰੇ ਹੱਥ ਮੈਂ ਗੰਦੇ ਨਹੀਂ ਕਰਨੇ, ਮੈਂ ਚਾਹ ਪੀਣੀ ਹਜੇ। ਅਤੇ ਟਾਈਮ ਹੋ ਗਿਆ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਹੈ, 6:45 ਦਾ, ਅਤੇ ਨਹੀਂ ਮਾਰ ਦਿੰਦੇ ਐਵੇਂ ਨਹੀਂ ਮਾਰ, ਉਹਨਾਂ ਨੂੰ ਨਹੀਂ ਪਤਾ ਵੀ ਉਹਨੇ ਸਕੂਲੇ ਜਾਣਾ। ਅਤੇ ਪ੍ਰਭ ਸਕੂਲੇ ਹੋ ਗਿਆ ਰੈਡੀ, ਚਾਹ ਬਣ ਗਈ, ਟਿਫਨ ਵੀ ਹੋ ਗਿਆ ਰੈਡੀ, ਅਤੇ ਸਨੋਈ ਆਪਣੀ ਇੱਥੇ ਬੈਠੀ ਆ। ਸਨੋਈ ਨੂੰ ਬਸ ਇਹ ਆ ਕਿ ਇਹ ਕੁਝ ਖਾਣ, ਚਾਹ ਪੀਣ ਅਤੇ ਮੈਨੂੰ ਵੀ ਦੇਣ ਨਾਲ, ਹੈ ਨਾ, ਐਵੇਂ ਛੁੱਟੀ ਹੋ ਜੂਗੀ। ਇੰਨੀਆਂ ਛੁੱਟੀਆਂ ਹੋਈਆਂ ਥੋੜ੍ਹੀਆਂ ਵਾ, ਅਤੇ ਗਏ ਸੀ ਇੱਧਰ ਦੇਖੋ ਪ੍ਰਭ ਦੇ ਫੇਸ 'ਤੇ, ਮਸਾਂ ਹੀ ਹੁਣ ਥੋੜ੍ਹਾ ਜਿਹੜਾ ਠੀਕ ਹੋਣ ਦਿਆ ਵਾ, ਇੰਨਾ ਖਰਾਬ ਹੋ ਗਿਆ ਸੀ ਨਾ ਫੇਸ, ਪਤਾ ਹੀ ਨਹੀਂ ਕਿਉਂ। ਅਤੇ 29 ਨੂੰ ਛੁੱਟੀ ਆ, ਅਤੇ ਮੇਰੇ ਪੁੱਤੂ ਦਾ ਆਉਣ ਵਾਲਾ ਵਾ ਬਰਥਡੇ, ਕਿੰਨੀ ਤਰੀਕ ਨੂੰ? 29 ਅਗਸਤ ਨੂੰ। ਅਤੇ 29 ਅਗਸਤ ਨੂੰ ਬਰਥਡੇ ਆ, ਅੱਜ ਹੋ ਗਈ ਆ 27, ਤਾਂ ਦੇਰ ਰਹਿ ਗਿਆ ਸਿਰਫ 1 ਵਿੱਚ ਹੋਰ। ਅਤੇ ਹੈਂ ਕੁੜੀਆਂ, ਅੱਜ ਮੇਰਾ ਬਰਥਡੇ ਹੈ, ਹਰ ਸਭ ਵਿਸ਼ ਕਰੇ ਮੁੰਡੇ ਲੈ ਕੇ ਮੇਰੀ ਤਾਂ ਚੱਪਦੀ ਲਵੇਟ ਕੇ ਉਹ ਮਤਲਬ ਇਹ ਕਿ ਮੁੰਡਿਆਂ ਨੂੰ ਹੁੰਦਾ ਵਾ ਕਿ ਸਾਡੇ ਤੋਂ ਸਾਰਿਆਂ ਨੇ ਪਾਰਟੀ ਮੰਗਣੀ, ਹੈ ਨਾ, ਅਤੇ ਇਸ ਕਰਕੇ ਅੰਡਰਗਰਾਊਂਡ 'ਤੇ ਆਪੇ ਹੀ ਹੋਣਾ ਵਾ। ਪਹਿਲਾਂ ਲੋਕਾਂ ਦੀਆਂ ਜਾ ਖਾਂਦੇ ਜੇ, ਅਤੇ ਫਿਰ ਲੋਕਾਂ ਨੇ ਤਾਂ ਮੰਗਣੀਆਂ ਹੀ ਮੰਗਣੀਆਂ। ਪਹਿਲਾਂ ਯਾਰਾਂ ਦੋਸਤਾਂ ਨਾਲ ਬਹਿ ਬਹਿ ਪਾਰਟੀਆਂ ਖਾਣਗੇ, ਅਤੇ ਜਦੋਂ ਦੇਣ ਦਾ ਟਾਈਮ ਹੋ ਗਿਆ ਫਿਰ ਅੰਡਰਗਰਾਊਂਡ 'ਤੇ ਹੋਣਾ ਹੀ ਪੈਣਾ, ਹੈ ਨਾ। ਤਾਂ ਮੇਰਾ ਵੈਸੇ ਇਹ ਗੱਲ ਹੈ ਕਿ ਅਸੀਂ ਇਹੋ ਜਿਹੀ ਗੰਦੀ ਆਦਤ ਨਹੀਂ ਪਾਈ ਕਿ ਕਿਸੇ ਦੇ ਨਾਲ ਜਾਓ ਅਤੇ ਬਹੁਤ ਉਹਨਾਂ ਦੇ ਨਾਲ ਪਾਰਟੀਆਂ ਖਾਓ, ਕਿਉਂਕਿ ਬੱਚੇ ਨੂੰ ਜੇ ਅੱਜ ਆਪਾਂ ਕਿਸੇ ਨੂੰ ਕਿਸੇ ਕੋਲੋਂ ਖਾਵਾਂਗੇ ਨਾ, ਤਾਂ ਕੱਲ੍ਹ ਨੂੰ ਖਵਾਉਣਾ ਵੀ ਪੈਣਾ ਵਾ। ਅਤੇ ਇਹੋ ਜਿਹੀ ਆਦਤ ਪ੍ਰਭ ਨੂੰ ਕਿਹਾ ਕਿ ਨਹੀਂ ਪਾਈਦੀ ਬੇਟਾ, ਕਿਸੇ ਵੇਲੇ ਪੈਸਾ ਹੀ ਕਿ ਆਪਣੇ ਕੋਲ ਉਹਨਾਂ ਦੇ ਹੁੰਦਾ, ਕਿ ਜ਼ਰੂਰੀ ਨਹੀਂ ਆਪਣੇ ਕੋਲ ਅਗਲੇ ਕੋਲ ਕਿਸੇ ਵੇਲੇ। ਲੋਕ ਹੁਣ ਇਹ ਆ, ਇਹ ਨਹੀਂ ਵੇਖਦੇ ਕਿ ਆਪਣੇ ਮਾਂ ਪਿਓ ਦਾ ਕੀ ਹਿਸਾਬ ਕਿਤਾਬ, ਆਪਣੇ ਮਾਂ ਕੋਲ ਕੀ ਕਿੰਨਾ ਕੁ ਪੈਸਾ, ਜਾਂ ਉਹ ਵਿਚਾਰੇ ਮਸਾਂ ਹੀ ਕੀ ਪਤਾ ਸਾਰਦੇ ਹੋਣਗੇ। ਅਤੇ ਬੱਚਿਆਂ ਨੇ ਐਡੀਆਂ ਗੰਦੀਆਂ ਆਦਤਾਂ ਪਈਆਂ ਵੀ ਅਸੀਂ ਬਰਥਡੇ ਮਨਾਉਣਾ ਹੀ ਮਨਾਉਣਾ, ਅਸੀਂ 11 ਦੋਸਤਾਂ ਨੂੰ ਪਾਰਟੀ ਦੇਣੀ ਦੇਣੀ, ਉਹ ਵੀ ਵਧੀਆ ਰੈਸਟੋਰੈਂਟਾਂ ਦੇ ਵਿੱਚ ਜਾ ਕੇ, ਵਧੀਆ ਵਧੀਆ ਕੈਫੇ ਦੇ ਵਿੱਚ ਜਾ ਕੇ, ਹੈ ਨਾ। ਭਾਵੇਂ ਉੱਥੇ ਉਹਨਾਂ ਦਾ 4,000 ਖਰਚਾ ਜੇ, ਭਾਵੇਂ ਜੇ 5, ਭਾਵੇਂ ਜਿੰਨਾ ਮਰਜ਼ੀ, ਪਰ ਅਸੀਂ ਜਿਹੜੀ ਸ਼ੋਅ ਆਫ ਆ ਉਹ ਕਰਨਾ ਹੀ ਕਰਨਾ। ਪਰ ਅਸੀਂ ਇਹ ਆਦਤ ਅੱਜ ਤੱਕ ਪ੍ਰਭ ਨੂੰ ਨਹੀਂ ਪਾਈ, ਅਤੇ ਅੱਗੇ ਵੀ ਅਸੀਂ ਇਹਨੂੰ ਇਹ ਵੀ ਸਮਝਾਉਂਦੇ ਹਾਂ ਕਿ ਬੇਟਾ ਨਾ ਕਿਸੇ ਨਾਲ ਬਹਿ ਕੇ ਖਾਓ ਅਤੇ ਨਾ ਕਿਸੇ ਨੂੰ ਖਵਾਓ, ਠੀਕ ਆ। ਹਾਂ ਚਲੋ, ਹਾਂ ਇੱਕ ਅੱਧਾ ਦੋਸਤ ਹੋਇਆ, ਇੱਕ ਅੱਧੇ ਦੀ ਗੱਲ ਵੱਖਰੀ ਹੁੰਦੀ ਆ। ਇਹ ਨਹੀਂ ਆ ਕਿ 15-15-20-20 ਦੋਸਤ ਆ ਅਤੇ ਉਹਨਾਂ ਨੂੰ ਜੇ ਸਾਰੀ ਕਲਾਸ ਆ ਅਤੇ ਸਾਰੀ ਕਲਾਸ ਨੂੰ ਹੀ ਪਾਰਟੀ ਦੇਣੀ ਆ, ਨਹੀਂ ਦੇਣੀ। ਅਸੀਂ ਜੋ ਅਸੀਂ ਕਿਸੇ ਤੋਂ ਖਾਂਦੇ ਹਾਂ, ਜੋ ਅਸੀਂ ਕਿਸੇ ਤੋਂ ਖਾਂਦੇ ਨਹੀਂ, ਕਿਉਂ ਦੇਈਏ, ਠੀਕ ਆ। ਅਤੇ ਕਿਉਂਕਿ ਇਹਦੇ ਨਾਲ ਇਹ ਹੁੰਦਾ ਹੈ ਕਿ ਇੱਕ ਤਾਂ ਬੇਫਾਲਤੂ ਦੇ ਖਰਚੇ ਜਿਹੜੇ ਉਹ ਬੰਦ ਹੋ ਜਾਂਦੇ ਆ। ਅੱਜ ਆਪਾਂ ਕਿਸੇ ਤੋਂ ਖਾਵਾਂਗੇ ਅਤੇ ਕੱਲ੍ਹ ਨੂੰ ਆਪਾਂ ਨੂੰ ਵੀ ਖਵਾਉਣਾ ਪੈਣਾ, ਜਿਵੇਂ ਹੁਣ ਇਹਦਾ ਬਰਥਡੇ ਆ ਅਤੇ ਇਹਨੂੰ ਪੱਕਾ ਇਹਨੂੰ ਜਿੰਨੇ ਵੀ ਇਹਨੇ ਜਿੰਨੇ ਜਿੰਨਾਂ ਤੋਂ ਇਹਨਾਂ ਨੇ ਕਿੰਨੇ ਖਾਧੀ ਹੋਈ ਪਾਰਟੀ ਲਈ ਹੋਈ, ਫਿਰ ਇਹਨੂੰ ਵੀ ਦੇਣੀ ਪੈਣੀ ਆ ਨਾ, ਚਾਹੇ ਹੈਂ। ਅਤੇ ਉਹਨੇ ਵੈਸੇ ਇਹ ਹੈ ਕਿ ਪ੍ਰਭ ਨੇ ਅੱਜ ਤੱਕ ਕਦੀ ਕਿਸੇ ਤੋਂ ਪਾਰਟੀ ਲਈ ਨਹੀਂ ਆ, ਅਤੇ ਕਿਉਂਕਿ ਅਸੀਂ ਇਹਨੂੰ ਆਖੀਦਾ ਕਿ ਤੂੰ ਜੇ ਉਹ ਵੀ ਤੇਰਾ ਦਿਲ ਕਰਦਾ ਨਾ ਖਾਣ ਨੂੰ, ਕਿਸੇ ਤੋਂ ਪਾਰਟੀ ਕਿਉਂ ਲੈਣੀ ਆ, ਸਾਨੂੰ ਦੱਸ, ਆਪੇ ਇਕੱਲਾ ਜਾ ਕੇ ਖਾ ਕੇ ਆ, ਠੀਕ ਹੈ। ਅਤੇ ਸਾਨੂੰ ਨਾਲ ਲੈ ਕੇ ਜਾ, ਆਪਾਂ ਜਾਂਦੇ ਹਾਂ ਅਤੇ ਆਪਾਂ ਖਾ ਕੇ ਆਵਾਂਗੇ, ਕਿਉਂ ਕਿਸੇ ਨਾਲ ਫਾਲਤੂ ਖਰਚਾ ਕਰਨਾ। ਵੈਸੇ ਵੀ ਇਹੋ ਜਿਹੜੇ ਖਰਚੇ ਨਾ, ਸੋਚ ਸਮਝ ਕੇ ਕਰਨੇ ਚਾਹੀਦੇ ਆ। ਯਾਰ ਬਾਬਾ, ਤੈਨੂੰ ਮੈਂ ਕਿਹਾ ਸੀ ਉਹ ਰੈਪਰ ਲੈ ਕੇ ਦੇ, ਤੂੰ ਲਿਆਂਦਾ ਹੀ ਨਹੀਂ ਆ, ਹੈਂ, ਫੋਇਲ ਪੇਪਰ ਰੋਟੀ ਪਲੇਟਰ ਵਾਲਾ ਨਹੀਂ ਚੇਤਾ ਰਹਿੰਦਾ, ਚੇਤਾ ਕਰਿਆ ਕਰੋ ਨਾ, ਹੈ ਨਾ ਸ਼ੋਇਆ, ਚੇਤਾ ਕਰਿਆ ਕਰੋ ਨਾ। ਅਤੇ ਪ੍ਰਭ ਨੇ ਪੀ ਲਈ ਚਾਹ, ਅਤੇ ਪ੍ਰਭ ਹੁਣ ਬਸ ਸਕੂਲ ਹੀ ਬਾਹਰ ਨਿਕਲ ਨਹੀਂ ਲੱਗਾ ਹੈ,
ਬੱਸ ਇਹਦੀ ਆਉਣ ਹੀ ਵਾਲੀ ਆ, ਬਸ 15 ਕੁ ਮਿੰਟ ਰਹਿ ਗਏ ਨਾ, ਨਹੀਂ 15 ਕੁ ਰਹਿ ਗਏ, 10 ਮਿੰਟ ਰਹਿ ਗਏ, ਔਰ ਰੱਬ ਜਲਦੀ ਕਰ ਜਲਦੀ। ਤੇ ਇਸ ਆਪਾਂ ਲਿਆ ਨਹਾ ਤੇ ਕਵਲ ਗਈਏ ਆ, ਤੇ ਕਵਲ ਅੱਜ ਆਪਣਾ ਕੰਮ ਕਾਰ ਕਰਨ ਦੀ ਪਤਾ ਨਹੀਂ ਚੁੱਪ 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 ਆ। ਤੇ ਕਿਉਂ? ਕਿਉਂਕਿ 2 ਕੁ ਦਿਨ ਹੋ ਗਏ ਇਹਨੂੰ ਮੈਂ ਮਿਲੀ ਨਹੀਂ ਨਾ, ਤੇ ਇਹਦੇ 'ਚ ਕੋਈ ਇਹਦੇ 'ਤੇ ਪੱਕਾ ਪਹਾੜ ਟੁੱਟਾ ਜਿਹੜਾ ਕਿ ਇਹ ਹੁਣ ਮੈਨੂੰ ਦੱਸਣਾ ਚਾਹੁੰਦੀ ਆ। ਤੇ ਦੱਸੋ ਹੌਲੀ 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 ਹੌਲੀ, ਦੱਸੇ ਬਿਨਾਂ ਇੱਥੋਂ ਰਿਹਾ ਨਹੀਂ ਜਾਣਾ। ਅਸੀਂ ਘਰੇ ਹਾਂ ਅਤੇ ਅੱਜ ਇਹ ਮੈਡਮ ਆਈ ਲੇਟ ਆ, ਅਤੇ ਅੱਜ ਮੈਨੂੰ ਪਤਾ ਵੀ ਇਹਦਾ ਟਾਈਮ ਥੋੜ੍ਹਾ ਵਾ, ਅਤੇ ਇਹਦੇ ਆਉਂਦੇ ਨੂੰ ਮੈਂ ਝਾੜੂ ਝੂੜੂ ਲਾ ਕੇ ਰੱਖ ਦਿੱਤੇ ਸੀਗੇ, ਅਤੇ ਹੁਣ ਇਹਨੂੰ ਸਿਰਫ ਮੰਨ ਲਓ ਮੈਂ ਕੰਮ ਸੌਖਾ ਕਰਕੇ ਦਿੱਤਾ, ਤਾਂ ਵੀ ਬੂਥੇ ਭੈੜੇ ਜਿਹੇ ਬੂਥਾ ਬਣਾ ਕੇ ਤੁਰੀ ਫਿਰਦੀ ਸਾਡੇ ਘਰ ਦੇ ਵਿੱਚ। ਕੋਈ ਚੱਜ ਨਾਲ ਗੱਲਬਾਤ ਨਹੀਂ ਦੱਸਣੀ, ਦੱਸ ਨਹੀਂ ਚੜੇਲੇ ਚੜੇਲੇ ਭੌਂਕ ਪਾ, ਕੁਝ ਫੁੱਟ ਪਾ ਮੂੰਹ, ਕੀ ਖਾਵਾਂ ਤੇਰੀ ਮਰੱਬਾ ਬਣਾਇਆ ਸੀ ਵੇਲੋ। ਇਹਨਾਂ ਸਾਹਮਣੇ ਕੋਈ ਚੀਜ਼ ਵੀ ਨਹੀਂ ਲੈਣੀ ਚਾਹੀਦੀ ਹੈ ਨਾ। ਅਸੀਂ ਇਹਦੇ ਸਾਹਮਣੇ ਇਹਨਾਂ ਬਿਸਕੁਟ ਉਹ ਲੈ ਕੇ ਰੱਖੇ, ਰਸ ਮੱਠੀਆਂ, ਅਤੇ ਇਹਨੂੰ ਪਤਾ ਵੀ ਇਹਨਾਂ ਦੇ ਘਰ ਹੈਗਾ ਵਾ। ਅਤੇ ਹੁਣ ਪਤਾ ਕੀ ਆਉਂਦੀ ਚਾਹ ਦੇ ਨਾਲ, ਜਦੋਂ ਚਾਹ ਦਾ ਟਾਈਮ ਆਉਂਦਾ ਨਾ, ਅਤੇ ਜਦੋਂ ਆਉਂਦੀ ਸਾਡੇ ਘਰ, ਪਤਾ ਕੀ ਕਰੂਗੀ, ਕੁਝ ਖਵਾਓ ਹਾਂ ਚਾਹ ਦੇ ਨਾਲ। ਅੱਜ ਕੱਲ੍ਹ ਮੈਂ ਲਾਇਆ ਸਾਹਿਬ, ਕਿਸੇ ਦੇ ਸਾਹਮਣੇ ਚੀਜ਼ ਵੀ ਨਹੀਂ ਲੈ ਕੇ ਰੱਖਣੀ ਚਾਹੀਦੀ, ਨਹੀਂ ਤਾਂ ਉਹਦੀ ਨਿਗਾਹ ਹੋ ਜਾਂਦੀ। ਹੁਣ ਇਹਨੂੰ ਪਤਾ ਵੀ ਇਹਨਾਂ ਦੇ ਘਰ ਕੋਈ ਨਾ ਕੋਈ ਤਾਂ ਹੈ ਹੀ ਆ ਚਾਹ ਦੇ ਨਾਲ, ਅਤੇ ਹੁਣ ਵੇਲੋ ਖਾਂਦੇ, ਕੁਝ ਖਵਾਓ ਪਹਿਲਾਂ, ਮੈਨੂੰ ਭੁੱਖ ਲੱਗੀ ਆ। ਅਤੇ ਤੂੰ ਸਿੱਧਾ ਹੀ ਕਿਹਾ ਵੀ ਆਂਟੀ ਕਿਹੜੀ ਚੀਜ਼ ਖਾਣੀ ਉਹ ਦੱਸ, ਆਂਟੀ ਕਿਹੜੀ ਚੀਜ਼ ਖਾਣੀ ਤੂੰ ਦੱਸ ਵੀ, ਆਂਟੀ ਮੈਂ ਆਹ ਚੀਜ਼ ਖਾਣੀ ਆ। ਅੱਛਾ ਠੀਕ ਆ, ਹੋਰ ਨਹੀਂ ਕੁਛ ਖਾਣਾ? ਬੜੀ ਦੁਨੀਆ ਮੈਂ ਗਾਂ ਦੀਆਂ ਗੱਲਾਂ ਹੋਈ ਪਈ ਅੱਜ ਕੱਲ੍ਹ ਤੇਰੀਆਂ, ਅਸੀਂ ਉਹ ਜਿਹੜੀਆਂ ਖਾਧੀਆਂ ਉਦੋਂ ਦੀਆਂ। ਕੀ ਹੈ ਕਿ ਮੈਂ ਨਾ ਤੁਹਾਨੂੰ ਆਂਟੀ ਸੈਂਡਵਿਚ ਖਵਾਊਂਗੀ, ਆਂਟੀ ਸੈਂਡਵਿਚ ਖਵਾਊਂਗੀ ਰੱਖੜੀਆਂ ਦੀ, ਮੁੜ ਕੇ ਕੱਖ ਬਣਾ ਪੁੱਛ ਕੇ ਲਿਆਈ। ਸਹੀ ਗੱਲ, ਹਾਂਜੀ ਹਾਂਜੀ ਹਾਂ, ਇਹ ਤਾਂ ਗੱਲ ਹੈਗੀ ਆ। ਪਰ ਇਹ ਆ ਕਿ ਸੈਂਡਵਿਚ ਖਾਣ ਜਾਣਾ ਸੀ ਤੁਹਾਡੇ ਉੱਥੇ ਕੈਫੇ ਦੇ, ਕਿਸੇ ਦਿਨ ਪੱਕਾ ਆਵਾਂਗੇ, ਫ੍ਰੀ 'ਚ ਖਵਾਉਣੇ, ਫ੍ਰੀ 'ਚ ਆਓ ਤੇ ਇਹ 'ਚ ਕਿਹੜੀ ਗੱਲ ਆ, ਅਸੀਂ ਨਹੀਂ ਤੁਹਾਨੂੰ ਫ੍ਰੀ 'ਚ ਚੀਜ਼ਾਂ ਖਵਾਉਂਦੇ। ਕਹਿੰਦੀ 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 ਕਹਿ ਤੂੰ ਕਹਿ ਤੂੰ ਕਹਿ ਵੀ ਜੇ ਮੈਂ ਫ੍ਰੀ 'ਚ ਖਵਾਉਣ ਲੱਭੀ ਤਾਂ ਅੱਧਾ ਪਿੰਡ ਮੇਰਾ ਫਿਰ ਮੇਰੀ ਤਨਖਾਹ 'ਚੋਂ ਹੀ ਰੱਜੂਗਾ, ਹੈ ਨਾ? ਇਹ ਨਹੀਂ ਗੱਲ ਹੈਗੀ। ਹਾਂ ਆਹੋ, ਉਹਨਾਂ ਨੇ ਇਹਨੂੰ ਵਿਚਾਰੇ ਨੂੰ ਕਿਹਾ ਉਹਨਾਂ ਨੇ ਵੀ ਅਸੀਂ ਤੇਰੀ ਤਨਖਾਹ ਵਧਾਈਏ, ਵੇਖੋ ਹੁਣ ਕੀ ਕੀਤਾ ਕੀ ਨਹੀਂ, ਹੈ ਨਾ? ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਇਸ ਵਾਰ 5-6-1 ਕਿੰਨੀ ਤਰੀਕ ਨੂੰ ਮਿਲਦੀ ਤੇਰੀ ਤਨਖਾਹ? 10 ਨੂੰ, 10 ਤਰੀਕ ਤੱਕ ਪਤਾ ਲੱਗੂਗਾ ਕਿ ਇਹਨੂੰ ਕੀ ਮਿਲਦਾ, ਝੂੰਗਾ ਕਿ ਉਹ ਹੀ ਝੂੰਗਾ, ਹੋਰ ਝੂੰਗਾ ਉੱਪਰ ਮਿਲਦਾ ਕਿ ਉਹ ਝੂੰਗਾ ਹੀ ਮਿਲਦਾ, ਹੈ ਨਾ? ਅਤੇ ਮੇਰੇ ਹਿਸਾਬ ਨਾਲ ਤਾਂ ਥੋੜ੍ਹੀ ਬਹੁਤ ਭਾਵੇਂ ਕਮਲ ਇਨਕਰੀਜ਼ ਕਰਨ ਜ਼ਿਆਦਾ ਨਹੀਂ ਹੁੰਦੀ, 2000 ਸਰਕਾਰੀ ਵਾਧਾ ਲੱਗਣਾ, ਉਹਨੇ ਦੇਣ ਲੱਗੇ ਆਪੇ ਵੇਖਣਾ ਵੀ ਕਿੰਨੀ ਦਵਾਂ। ਸਰਕਾਰੀ ਵਾਧੇ 'ਚ ਹੁੰਦਾ ਵਾ ਵੀ ਪੱਕਾ ਹੁੰਦਾ ਵੀ ਇੱਥੇ ਮੋਹਰ ਲੱਗ ਗਈ ਵੀ ਇੰਨਾ ਹੀ ਉਹਨਾਂ ਨੇ ਦੇਣਾ, ਠੀਕ ਹੈ? ਇਹਦੇ 'ਚ ਥੋੜ੍ਹੀ ਇਹਦੇ 'ਚ ਤੁਹਾਨੂੰ ਆਪਣੇ ਕੋਲੋਂ ਹੀ ਵਧਾਉਣੀ ਆ, ਭਾਵੇਂ ਜਿੰਨੀ ਮਰਜ਼ੀ, ਭਾਵੇਂ 200 ਤੇ ਦੇ ਦੇ, ਤੇਰੇ ਉੱਧਰ ਫੜਾ ਦੇਣ, ਭਾਵੇਂ 500 ਫੜਾ ਦੇਣ, ਹੈ ਨਾ? ਹੁਣ ਮੈਂ ਚਾਹ ਗਰਮ ਕਰਕੇ ਲਿਆਵਾਂ, ਚਾਹ ਪਿਲਾ ਦੇਤੀ ਹੂੰ, ਔਰ ਉਸਕੇ ਸਾਥ
ਰਸ ਖਾਓ ਯਾਰ। ਦੂਜਾ ਮੇਰਾ ਸਬਜ਼ੀ ਨਹੀਂ ਹੈਗੀ ਵੀ ਆਟਾ ਤੇ ਗੁੱਜਾ ਵਾ ਹੈ ਕਿ ਪਰੌਂਠੀ ਖਾਣੀ ਆ ਦੱਸ ਨਾ ਜੀ ਵੀ ਕਰਦਾ ਵਾ ਤੇ ਮੂੰਹ ਫੁੱਟਣਾ ਵੀ ਨਹੀਂ ਆ ਸੜ ਜੇ ਤੇਰਾ ਮੂੰਹ ਕਿਉਂ ਆਈ ਐਮ ਨੈਚੁਰਲੀ ਬਿਊਟੀਫੁਲ ਗਰਲ ਗਰਲ ਨਹੀਂ ਲੇਡੀ ਸੌਰੀ ਲੇਡੀ ਹੁਣ ਦੱਸ ਹੈ ਮੈਂ ਬੁੱਢੀ ਹੋ ਗਈ ਆ ਪਿਓਰ ਬੜੀਆਂ ਕਿੱਥੇ ਦੋ ਸੁਣਾਈਆਂ ਸਿਰਫ ਤੁਹਾਨੂੰ ਨਿਕਲਣੀਆਂ ਮਜ਼ਾਕ ਬਣਾਉਣਾ ਵਿਆਹ ਬੰਦੇ ਨੂੰ ਕੋਈ ਟੈਨਸ਼ਨ ਨੀ ਹੁੰਦੀ ਇੱਕ ਵਾਰੀ ਹੋ ਕੇ ਮੈਨੂੰ 50 ਟੈਨਸ਼ਨਾਂ ਚੱਲੀ ਫਿਰਦੀ ਹੈ ਦਿਮਾਗ ਵੇਖਦਾ ਬੰਦਾ ਤੂੰ ਨਜ਼ਾਰੇ ਲੈ ਨਜ਼ਾਰੇ ਕਿੱਥੇ ਲੈਣ ਦਿੰਦੇ ਆ ਲੈ ਨਜ਼ਾਰੇ ਲੈਣਾ ਲੈਣ ਕਿਸੇ ਨੇ ਦੇਣੇ ਥੋੜੀ ਨਜ਼ਾਰੇ ਨਜ਼ਾਰੇ ਆਪ ਲੈਣੇ ਪੈਂਦੇ ਆ ਫੜ ਆ ਇੱਧਰ ਰੋਟੀ ਫੜ ਨਜ਼ਾਰੇ ਕਾਦੇ ਯਾਰ ਪੜਤਨੀਆਂ ਪਰੌਂਠੀਆਂ ਲਾ ਕੇ ਦਿੱਤੀਆਂ ਤੇਰੀ ਮਾਂ ਕਹਿੰਦੀ ਸੀ ਮੈਂ ਰੋਟੀ ਲਾਉਣ ਦਈ ਆ ਹੈਂ ਲਾਉਂਦੀ ਹੋਊਗੀ ਘਰੇ ਖਲੋ ਕੇ ਥੋੜੀ ਘੜੇ ਰੋਟੀ ਖਾਣੀ ਮੈਂ ਮੈਨੂੰ ਤਾਂ ਨਾ ਦੋ ਮੈਂ ਨਹਾ ਧੋ ਕੇ ਤਿਆਰ ਹੋ ਕੇ ਆਪਦੇ ਨਿਕਲ ਜਾਂਦੀ ਮੈਂ ਫੋਨ ਕੀਤਾ ਸੀ ਮੈਂ ਜੇ ਨਾ ਉਹ ਆਈ ਤੇ ਤਾਂ ਜੰਨਾ ਤੇ ਆ ਜੇ ਤੇ ਕਹਿੰਦੀ ਚੰਗਾ ਜੀ ਆਂਦੀ ਇਹ ਜੇ ਨਾ ਆਈ ਨਾ ਮੈਂ ਮੈਂ ਅੰਦਰਾਂ ਚ ਝਾੜੂ ਲਾਇਆ ਤੇ ਬਸ ਬਾਹਰੋਂ ਲਾਉਣਾ ਏਦਾਂ ਆ ਜਿੱਦਾਂ ਮਤਲਬ ਪਰੌਂਠੀ ਲਾਉਂਦੇ ਨਾ ਫਾਇਦਾ ਪਰੌਂਠੀ ਦੇ ਉੱਪਰ ਸੁੱਕਾ ਆਟਾ ਪਾ ਕੇ ਨਾ ਕਹਿੰਦੇ ਤੇ ਫਿਰ ਪਰੌਂਠੀ ਫੁੱਲਦੀ ਆ ਟਿਪਸ ਲਾਓ ਮੇਰੇ ਤੋਂ ਟਿਪਸ ਇੱਕ ਹਾਊਸ ਗ੍ਰਹਿਣੀ ਤੋਂ ਟਿਪਸ ਲੈਣੇ ਚਾਹੀਦੇ ਚੱਲ ਆ ਫੜ ਦੂਜਾ ਚਾਰ ਫੜ ਤੇ ਪਰੌਂਠੀ ਖਾ ਹਾਊਸ ਗ੍ਰਹਿਣੀ ਤੋਂ ਹਾਊਸ ਵਾਈਫ ਤੋਂ ਯਾਰ ਚਾਹ ਵੀ ਗਰਮ ਕਰ ਲਓ ਘੁੱਟ ਹੁਣ ਉਹ ਪਹਿਲਾਂ ਪਾਓ ਤੇ ਫੜ ਚਾਰ ਤੇ ਚਾਹ ਗਰਮ ਕਰ ਆਵੇ ਪਈ ਮੇਰੇ ਹੱਥ ਚ ਫੋਨ ਫੜਾਇਆ ਦੂਜੇ ਬੰਦੇ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਵਾ ਆਵੇ ਮੈਂ ਥਾਲੀ ਚ ਰੋਟੀ ਰੱਖੀ ਤੇ ਹੈ ਵਾ ਤੇ ਕੀ ਕਰਾਂ ਹੁਣ ਚਾਰ ਫੜੋ ਹੋਵੇ ਪਿਆ ਰੈਡੀ ਹੋਈ ਮੈਮ ਬੱਚੇ ਆਉਣ ਵਾਲੇ ਆ ਟਿਊਸ਼ਨ ਵਾਲੇ ਤੇ ਆਪਾਂ ਵੀ ਕਿਤੇ ਬਣ ਖਾਣ ਕੇ ਬਹਿ ਜਾਣਾ ਬੱਚਿਆਂ ਦੇ ਆਉਣ ਤੋਂ ਪਹਿਲਾਂ ਤੇ ਉਹ ਕੀ ਕਹਿਣਗੇ ਕਿ ਟੀਚਰ ਸਾਡੀ ਬਸ ਐਵੇਂ ਰਹਿੰਦੀ ਆ ਤੇ ਮੈਂ ਥੋੜਾ ਰੈਡੀ ਹੋ ਗਈ ਆ ਥੋੜਾ ਜਿਹਾ ਅੱਜ ਵੈਸੇ ਦਿਲ ਜਿਹਾ ਕੀਤਾ ਕਈ ਵਾਰ ਹੁੰਦਾ ਨਾ ਦਿਲ ਜਿਹਾ ਤੁਹਾਡਾ ਕਰਦਾ ਆਪਣਾ ਅੰਦਰੋਂ ਕਿ ਹਨਾ ਕੁਛ ਵਧੀਆ ਜਿਹਾ ਰੈਡੀ ਹੋਇਆ ਜਾਵੇ ਤੇ ਕੱਪੜੇ ਕੁਪੜੇ ਵਧੀਆ ਪਾਏ ਜਾਣ ਤੇ ਵੈਸੇ ਆਪਾਂ ਨੋਰਮਲੀ ਘਰ ਵਾਲੇ ਕੱਪੜੇ ਪਾ ਪਾ ਕੇ ਜਿਹੜਾ ਬੋਰ ਹੋ ਜਾਈਦਾ ਤੇ ਅੱਜ ਮੇਰਾ ਦਿਲ ਜਿਹਾ ਕਰਨ ਦਿਆ ਤੇ ਮੈਂ ਵੀ ਰੈਡੀ ਤੇ ਹੁਣ ਆਪਾਂ ਲੱਗੇ ਹਾਂ ਮੈਂ ਚਲੋ ਸਬਜ਼ੀ ਨੂੰ ਤੜਕਾ ਲਾ ਦਈਏ ਪਹਿਲਾਂ ਕਿਉਂਕਿ ਬਾਅਦ ਵਿੱਚ ਨਾ ਬੱਚੇ ਬਹੁਤ ਹਨੇਰਾ ਕਰ ਜਾਂਦੇ ਟਾਈਮ ਜਿਹੜਾ ਬਹੁਤ ਹੀ ਜ਼ਿਆਦਾ ਜਲਦੀ ਹੋ ਜਾਂਦਾ ਵਾ ਤੇ ਪੜ੍ਹਾਉਣ ਬੱਚਿਆਂ ਨੂੰ ਟੀਚ ਕਰਦੇ ਆ ਕਿੱਦਾਂ ਪੜ੍ਹਾਉਂਦੇ ਆ ਮੈਂ ਮਤਲਬ ਪੜ੍ਹਾਉਂਦੇ ਪੰਜਾਬੀ 'ਚ ਬੋਲਣ ਲੱਗੀ ਹਾਂ ਫਿਰ ਮੈਂ ਚਲੋ ਇੰਗਲਿਸ਼ 'ਚ ਬੋਲ ਦਿੰਦੇ ਹਾਂ ਤੇ ਆਪਣੇ ਪੰਜਾਬੀਆਂ ਦੇ ਮੂੰਹ ਤੇ ਜ਼ਿਆਦਾ ਪੰਜਾਬੀ ਚੜੀ ਹੁੰਦੀ ਆ ਤੇ ਵੈਸੇ ਜਦੋਂ ਆਪਾਂ ਜ਼ਿਆਦਾ ਇੰਗਲਿਸ਼ ਦੇ ਵਿੱਚ ਹਨਾ ਗੱਲਬਾਤ ਕਰਦੇ ਰਹੀਏ ਤੇ ਫਿਰ ਯੂਜ਼ ਟੂ ਹੋ ਜਾਈਦਾ ਅਦਰਵਾਈਜ਼ ਜਿਵੇਂ ਹੁਣ ਮੈਂ ਇਕੱਲੀ ਹਾਂ
ਤੇ ਮੇਰੇ ਕੋਲ ਕੋਈ ਵੀ ਨਹੀਂ ਹੈਗਾ ਬੱਚਿਆਂ ਦੇ ਨਾਲ, ਚਲੋ ਨੋਰਮਲੀ ਆਪਾਂ ਟੋਕ ਕਰ ਲੈਂਦੇ ਹਾਂ। ਤੇ ਬਾਕੀ ਜਿਵੇਂ ਇਹ ਕਿ ਜੇ ਮੈਂ ਇਕੱਲੀ ਹੋਵਾਂ ਤੇ ਫਿਰ ਤੁਹਾਨੂੰ ਪਤਾ ਘਰ ਦੇ ਵਿੱਚ ਬੇਟੇ ਦੇ ਨਾਲ ਬੇਟਾ ਵੀ ਸਾਰਾ ਦਿਨ ਕਿੱਥੇ ਘਰੇ ਰਹਿੰਦਾ ਵਿਚਾਰਾ ਫਰੀ, ਤੇ ਹੁਣ ਦੋ ਚਾਰ ਜਣੇ ਹੋਣ ਨਾ ਫਿਰ ਜਿਹੜਾ ਵਾ ਕਨਵਰਸੇਸ਼ਨ ਹੁੰਦੀ ਰਹਿੰਦੀ ਆ, ਤੇ ਫਿਰ ਵਾਹਵਾ ਯੂਜ਼ ਟੂ ਹੋ ਜਾਂਦਾ ਹਨਾ ਬੰਦਾ। ਤੇ ਏਦਾਂ ਤੇ ਹੁਣ ਆਪਾਂ ਨੂੰ ਘਰ ਚ ਪੰਜਾਬੀ ਬੋਲਣੀ ਪੈਂਦੀ ਆ। ਤੇ ਏਦਾਂ ਦੇਖੋ ਪਿਆਜ਼ ਨੇ ਕੀ ਹਾਲ ਕਰਤਾ ਸਾਮਿਆਂ ਦਾ, ਤੇ ਪਿਆਜ਼ ਕੱਟ ਕੇ ਤੜਕਾ ਲਾ ਕੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਹੋ ਜਾਈਏ ਵਿਹਲੇ। ਤੇ ਫਿਰ ਵਾਵਾ ਆਰਾਮ ਨਾਲ ਜਦੋਂ ਮਰਜ਼ੀ ਬੱਚੇ ਚਲੇ ਜਾਣ, ਤੇ ਜਦੋਂ ਮਰਜ਼ੀ ਆਪਾਂ ਵਿਹਲੇ ਹੋ ਜਾਵਾਂਗੇ, ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਹਾਂ ਸਬਜ਼ੀ ਬਣੀ ਆ ਬਸ। ਤੇ ਫਿਰ ਆਪਾਂ ਨੂੰ ਹੁੰਦਾ ਕਿ ਚੱਲ ਆਪਾਂ ਉੱਠ ਕੇ ਸਿਰਫ ਫੁਲਕੇ ਬਣਾਉਣੇ ਆ, ਹੁਣ ਮੈਂ ਨਾਲ ਹੀ ਆਟਾ ਗੁੰਨ ਕੇ ਵੀ ਰੱਖ ਦੂੰਗੀ ਤੇ ਬਸ ਸਬਜ਼ੀ ਨੂੰ ਤੜਕਾ ਲਾ ਦਾਂਗੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ। ਜਿਵੇਂ ਰੂਪ ਕਹਿੰਦੇ ਗੁਰਦੁਆਰਾ ਸਾਹਿਬ ਪ੍ਰਭ ਵੀ ਗਿਆ ਹੈ ਬਾਹਰ, ਤੇ ਉਹ ਸਕੂਲ ਤੋਂ ਅਜੇ ਆਇਆ ਤਾਂ ਹੈਗਾ ਸੀਗਾ ਬਟ ਉਹਨੂੰ ਥੋੜ੍ਹਾ ਕੰਮ ਸੀਗਾ, ਅਸੀਂ ਉੱਧਰ ਭੇਜਿਆ ਹੋਇਆ ਵਾ, ਤੇ ਉਹਨੇ ਬਸ ਹੁਣ ਆਣ ਕੇ ਸਟੱਡੀ ਕਰਨੀ ਆ, ਤੇ ਉਹ ਆਪਣੀ ਸਟੱਡੀ ਕਰੇਗਾ। ਤੇ ਉਹਨੂੰ ਇਹ ਹੁੰਦਾ ਹੈ ਕਿ ਬੱਚਿਆਂ ਦੇ ਨਾਲ ਨਾਲ ਮੈਨੂੰ ਹੁੰਦਾ ਕਿ ਬੱਚਿਆਂ ਦੇ ਨਾਲ ਨਾਲ ਉਹ ਹੋਰ ਵੀ ਆਪਣਾ ਜਿਹੜਾ ਰਿਟਨ ਵਰਕ ਆ ਉਹ ਕਰ ਲੈਂਦਾ ਵਾ, ਤੇ ਜਦੋਂ ਬੱਚੇ ਚਲੇ ਜਾਂਦੇ ਆ ਤੇ ਫਿਰ ਮੈਂ ਉਹਨੂੰ ਜਿਹੜਾ ਵੀ ਜੋ ਵੀ ਇਹਦਾ ਲਰਨ ਵਰਕ ਆ ਉਹ ਮੈਂ ਕਰਵਾਉਂਦੀ ਹੁੰਦੀ ਹਾਂ ਬਾਅਦ 'ਚ ਉਹਨੂੰ ਇਕੱਲੇ ਨੂੰ ਕੋਲ ਬਿਠਾ ਕੇ, ਕਿਉਂਕਿ ਬੱਚੇ ਨਾ ਜਿੰਨੀ ਦੇਰ ਪੇਰੈਂਟਸ ਆਪ ਨਹੀਂ ਨਾ ਦੇਖਦੇ ਕਿ ਬੱਚਾ ਆਪਣਾ ਹਨਾ ਕੀ ਕਰ ਰਿਹਾ ਹੈ, ਤੇ ਉਨੀ ਦੇਰ ਤੱਕ ਬੱਚੇ ਵਧੀਆ ਪੜ੍ਹਦੇ ਨਹੀਂ ਹੈਗੇ। ਪੇਰੈਂਟਸ ਨੂੰ ਹੀ ਪੂਰੀ ਜਿਹੜੀ ਆ ਉਹ ਟੇਕ ਕੇਅਰ ਕਰਕੇ ਨਾ ਤੇ ਲਾਗੇ ਬੈਠ ਕੇ ਫਿਰ ਹੀ ਪੜ੍ਹਾਉਣਾ ਪੈਂਦਾ ਹੈ। ਵੈਸੇ ਵੀ ਨਾ ਮੈਂ ਪ੍ਰਭ ਨੂੰ ਸ਼ੁਰੂ ਤੋਂ ਹੀ ਇਹਨਾਂ ਦੀ ਆਦਤ ਪਾਈ ਹੋਈ ਹੈ ਕਿ ਜਿੰਨੀ ਦੇਰ ਤੱਕ ਮੈਂ ਉਹਦੇ ਲਾਗੇ ਨਹੀਂ ਨਾ ਬੈਠਦੀ ਤੇ ਉਹਨੂੰ ਉਹ ਉਨੀ ਦੇਰ ਤੱਕ ਪੜ੍ਹਦਾ ਹੀ ਨਹੀਂ ਆ। ਉਹਨੂੰ ਹੁੰਦਾ ਕਿ ਮੰਮਾ ਮੈਨੂੰ ਮੇਰੇ ਲਾਗੇ ਆਉਣ ਤੇ ਮੈਂ ਉਹਨੂੰ ਮੈਨੂੰ ਮੰਮਾ ਦੱਸੀ ਜਾਣ ਤੇ ਫਿਰ ਮੈਂ ਮਤਲਬ ਕਿ ਪੜ੍ਹਾਂ। ਹੁਣ ਜਿਵੇਂ ਕਿ 9th ਕਲਾਸ ਹੋ ਗਈ ਆ, ਪਹਿਲਾਂ ਤਾਂ ਛੋਟੇ ਬੱਚਿਆਂ ਦੇ ਛੋਟੇ ਬੱਚਿਆਂ ਨੂੰ ਤਾਂ ਹਨਾ ਐਵੇਂ ਹੁੰਦਾ ਹੀ ਹੁੰਦਾ ਹੈਗਾ ਕਿ ਹਾਂ ਚਲੋ ਉਹਦੇ ਲਾਗੇ ਬੈਠਣਾ ਪੈਂਦਾ ਸੀ, ਉਹਨਾਂ ਦੇ ਆਪ ਦੱਸ ਦੱਸ ਕੇ ਵਰਕ ਕਰਵਾਉਣਾ ਪੈਂਦਾ ਸੀਗਾ। ਤੇ ਹੁਣ ਮੈਂ ਇਹਨੂੰ ਬੜਾ ਸਮਝਾਉਂਦੀ ਹੁੰਦੀ ਹਾਂ ਕਿ ਬੇਟਾ ਹੁਣ ਤੂੰ ਵੱਡਾ ਹੋ ਗਿਆ ਵਾ, ਹੁਣ ਤੂੰ ਆਪੇ ਆਪਣਾ ਜਿਹੜਾ ਵਾ ਵਰਕ ਕਰਿਆ ਕਰ ਹਨਾ, ਤੇ ਹੁਣ ਹੌਲੀ ਹੌਲੀ ਜਿਹੜਾ ਵਾ ਉਹ ਆਪੇ ਕਰਦਾ ਵਾ ਆਪਣੀ ਟੈਨਸ਼ਨ ਦੇ ਨਾਲ। ਪੜ੍ਹਦਾ ਬੱਚਾ ਤਾਂ ਹੀ ਆ ਜੇ ਖੁਦ ਨੂੰ ਟੈਨਸ਼ਨ ਹੋਵੇ, ਸਕੂਲੋਂ ਟੀਚਰ ਦਾ ਡਰ ਹੋਵੇ, ਘਰੋਂ ਪੇਰੈਂਟਸ ਦਾ ਡਰ ਹੋਵੇ, ਅਦਰਵਾਈਜ਼ ਬੱਚੇ ਜਿਹੜੇ ਉਹ ਨਹੀਂ ਪੜ੍ਹਦੇ। ਤੇ ਪਹਿਲਾਂ ਜਦੋਂ ਸਾਡਾ ਪ੍ਰਭ ਛੋਟਾ ਹੁੰਦਾ ਸੀਗਾ ਨਾ, ਤੇ ਕਮ ਸੇ ਕਮ 6th ਕਲਾਸ ਤੱਕ ਇਹਦੀ ਇੰਨੀ ਆਦਤ ਹੁੰਦੀ ਸੀਗੀ ਨਾ ਕਿ ਮਤਲਬ ਕਿ ਇਹ ਕਿਸੇ ਨਾਲ ਗੱਲਬਾਤ ਨਹੀਂ ਸੀਗਾ ਕਰਦਾ ਹੁੰਦਾ, ਘਰੇ ਬਸ ਇਕੱਲੇ ਨੇ ਖੇਡਣਾ, ਘਰੇ ਇਕੱਲਾ ਹੀ ਮਤਲਬ ਇਕੱਲੇ ਇਕੱਲੇ ਨੇ ਰਹਿਣਾ। ਤੇ ਹੁਣ ਜੋ ਵੱਡਾ ਹੁੰਦਾ ਨਾ, ਹੁਣ ਇੰਨੀਆਂ ਗੱਲਾਂ ਆਉਂਦੀਆਂ ਨਾ, ਤੇ ਮੈਂ ਇਹਨੂੰ ਬੜਾ ਛੇੜਦੀ ਹੁੰਦੀ। ਮੈਂ ਸਾਰੇ ਸਾਡੇ ਘਰ ਜਿਹੜੇ ਕਵਲ ਕੰਮ ਕਰਨ ਆਉਂਦੇ ਉਹਦੇ ਮੰਮਾ ਆਉਂਦੇ ਆ, ਉਹ ਕਹਿੰਦੇ ਨੇ ਇਹਦੇ ਕਹਿੰਦੇ ਜਦੋਂ ਅਸੀਂ ਨਵੇਂ ਨਵੇਂ ਤੁਹਾਡੇ ਘਰ ਜਦੋਂ ਆਏ ਆਉਂਦੇ ਹੁੰਦੇ ਹਨਾ, ਤੇ ਪਤਾ ਹੀ ਨਹੀਂ ਲੱਗਦਾ ਕਿ ਪ੍ਰਭ ਵੀ ਘਰੇ ਹੁੰਦਾ ਵਾ। ਤੇ ਉਹਨਾਂ ਨੇ ਨਾ ਸਾਰਿਆਂ ਨੂੰ ਜਾ ਕੇ ਦੱਸਣਾ ਆਲੇ ਦੁਆਲੇ ਕਿ ਉਹਨਾਂ ਦਾ ਮੁੰਡਾ ਨਾ ਉਹ ਤੇ ਮਤਲਬ ਕਿ ਇੰਨਾ ਸ਼ਾਂਤ ਇੰਨਾ ਚੁੱਪ ਆ ਨਾ ਕਿ ਉਹਨੂੰ ਕੋਈ ਨਹੀਂ ਹੈਗਾ ਕਿ ਕੋਈ ਮੇਰੇ ਲਾਗੇ ਕੀ ਕਰਨ ਦਿਆ ਕੀ ਨਹੀਂ। ਉਹ ਇਕੱਲੇ ਨੇ ਆਰਾਮ ਦੇ ਨਾਲ ਆਪਦਾ ਹੀ ਬੈਠਾ ਖੇਡਦਾ ਰਹਿੰਦਾ ਵਾ, ਕਿਸੇ ਨਾਲ ਕੋਈ ਚੀਰੀ ਵੀ ਨਹੀਂ ਕੋਈ ਕੁਝ ਨਹੀਂ ਹੈਨਾ ਉੱਚੀ ਹੋਰ ਨਹੀਂ। ਤੇ ਬੱਚੇ ਤੁਹਾਨੂੰ ਪਤਾ ਕਿੰਨੀਆਂ ਸ਼ੈਤਾਨੀਆਂ ਕਰਦੇ ਆ, ਤੇ ਪ੍ਰਭ ਸਟਾਰਟਿੰਗ ਤੋਂ ਹੀ ਇਹਨੂੰ ਆਪਾਂ ਐਵੇਂ ਦੀਆਂ ਮੈਨਰਸ ਦਿੱਤੀਆਂ ਹੈ ਕਿ ਐਵੇਂ ਮਤਲਬ ਕਿ ਕੋਈ ਵੀ ਸ਼ੈਤਾਨੀ ਨਹੀਂ ਕਰਨੀ ਇਹਨੇ। ਤੇ ਹੁਣ ਵੀ ਚਲੋ ਹਾਂ ਥੋੜ੍ਹਾ ਬਹੁਤ ਚਲੋ ਇਹ ਕਿ ਉਹਦਾ ਮੇਰੇ ਨਾਲ ਲੱਗਾ ਰਹਿੰਦਾ ਵਾ, ਅਤੇ ਬਾਕੀ ਇਹ ਕਿ ਹੋਰ ਨਹੀਂ ਕਿ ਜਿਵੇਂ ਆਪਾਂ ਕਿਤੇ ਗਏ ਹਾਂ ਜਾਂ ਕਿਤੇ ਆਪਣੇ ਘਰ ਕੋਈ ਗੈਸਟ ਆਇਆ ਵਾ, ਤੇ ਬਹੁਤ ਹੀ ਵਧੀਆ ਮਤਲਬ ਕਿ ਇਹਨੇ ਮੈਨਰਸ ਦੇ ਨਾਲ ਰਹਿਣਾ ਵਾ। ਤੇ ਇਹਨੂੰ ਇਹ ਨਹੀਂ ਹੈਗਾ ਕਿ ਕੋਈ ਵੀ ਕਿ ਕੋਈ ਸਾਡੇ ਘਰ ਆਇਆ ਵਾ ਤੇ ਮੈਂ ਸ਼ੈਤਾਨੀ ਕਰਾਂਗੇ ਲਾਗੇ ਜਾ ਕੇ ਬਹਿਵਾਂ ਹਨਾ, ਤੇ ਇਹ ਕੰਮ ਨਹੀਂ ਹੈਗਾ। ਇੱਕ ਦਿਨ ਸਾਡੇ ਘਰ ਗੈਸਟ ਆਏ ਤੇ ਪ੍ਰਭ ਨੇ ਨਾ ਮੈਂ ਬੈਠੀ ਉਹਨਾਂ ਦੇ ਲਾਗੇ, ਤੇ ਮੈਂ ਬੈਠੀ ਤੇ ਇਹਨੇ ਦੁੱਧ ਗਰਮ ਕਰਕੇ ਲੈ ਆਇਆ ਆਪੇ ਜਾ ਕੇ। ਉਹ ਬੜਾ ਖੁਸ਼ ਹੋਏ, ਕਹਿੰਦੇ ਕਹਿੰਦੇ ਕਿ ਤੁਸੀਂ ਆਪਣੇ ਬੇਟੇ ਨੂੰ ਹੋਣਾ ਹੀ ਨਹੀਂ ਇੰਨਾ ਵਧੀਆ ਮਤਲਬ ਕਿ ਸਿਖਾਇਆ ਹੋਇਆ ਵਾ।
ਤੇ ਸ਼ੁਰੂ ਤੋਂ ਹੀ ਇਹਦੀ ਐਵੇਂ ਦੀਆਂ ਹੈਬਿਟਸ ਸੀਗੀਆਂ ਨੂੰ ਸਿਖਾਈਆਂ ਵਾ ਦੱਸੀਆਂ ਵਾ ਕਿ ਸਾਰੇ ਜਿਹੜੇ ਆ ਤਾਰੀਫ ਕਰਦੇ ਆ, ਨਹੀਂ ਤੇ ਕਈ ਜਿਵੇਂ ਨਾ ਛੋਟੇ ਹੁੰਦੇ ਬੱਚੇ ਜਿਹੜੇ ਹੁੰਦੇ ਆ ਨਾ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ ਤੇ ਜਾਂ ਆਪਣੇ ਘਰ ਕੋਈ ਆਉਂਦਾ ਗੈਸਟ ਤੇ ਆਪਾਂ ਉਹਨਾਂ ਦੇ ਲਈ ਸਨੈਕਸ ਵਗੈਰਾ ਰੱਖਦੇ ਹਾਂ ਤੇ ਕਈਆਂ ਘਰਾਂ ਦੇ ਵਿੱਚ ਬੱਚਿਆਂ ਨੂੰ ਇੰਨੀ ਗੰਦੀ ਆਦਤ ਹੁੰਦੀ ਹੈ ਕਿ ਬੱਚੇ ਨਾ ਅਗਲੇ ਨੂੰ ਖਾਣ ਹੀ ਨਹੀਂ ਦਿੰਦੇ, ਆਪ ਹੀ ਫੜ ਫੜ ਕੇ ਤੇ ਆਪ ਹੀ ਖਿਲਾਰੀ ਜਾਂਦੇ ਆ। ਤੇ ਅਸੀਂ ਸਟਾਰਟਿੰਗ ਤੋਂ ਹੀ ਪ੍ਰਭ ਨੂੰ ਐਵੇਂ ਦੀ ਆਦਤ ਪਾਈ ਹੋਈ ਸੀਗੀ ਕਿ ਕੋਈ ਵੀ ਸਾਡੇ ਘਰ ਜਿੱਦਾਂ ਮਰਜ਼ੀ ਆਇਆ ਹੋਵੇ ਤੇ ਪ੍ਰਭ ਨੇ ਉਹਦੇ ਲਾਗੇ ਨਹੀਂ ਜਾਣਾ, ਬਸ ਆਲੇ ਦੁਆਲੇ ਆਪਣਾ ਬਸ ਬਾਹਰ ਜਾਣ ਨੂੰ ਕਹਿਣਾ ਕਿ ਪ੍ਰਭ ਬੇਟਾ ਬਾਹਰ ਖੇਡ ਤੇ ਦੂਸਰੇ ਰੂਮ ਦੇ ਵਿੱਚ ਖੇਡ। ਇੱਦਾਂ ਕਰਕੇ ਉਹਨੇ ਮਤਲਬ ਕਿ ਐਵੇਂ ਦੀਆਂ ਹੈਬਿਟਸ ਸੀਗੀਆਂ ਨੂੰ ਸਿਖਾਈਆਂ ਹੋਈਆਂ ਹੈਗੀਆਂ। ਤੇ ਬਾਕੀ ਕੋਈ ਬੱਚਾ ਮਤਲਬ ਕਿ ਹਰੇਕ ਬੱਚਾ ਜਿਹੜਾ ਵਾ ਨਾ ਉਹਨੂੰ ਜਿੰਨੀ ਦੇਰ ਤੱਕ ਘਰ 'ਚ ਸਾਰੇ ਟੋਕਣ ਵਾਲੇ ਨਹੀਂ ਤਾਂ ਉਨੀ ਦੇਰ ਤੱਕ ਬੱਚਾ ਜਿਹੜਾ ਵਾ ਉਹ ਵਧੀਆ ਮਤਲਬ ਕਿ ਉਹਦਾ ਬਿਹੇਵੀਅਰ ਵਧੀਆ ਨਹੀਂ ਹੁੰਦਾ। ਜਦੋਂ ਆਪਾਂ ਘਰ ਦੇ ਵਿੱਚ ਸਾਰੇ ਹੱਲਾ ਸ਼ੇਰੀਆਂ ਦੇਣ ਵਾਲੇ ਹੋ ਗਏ ਤੇ ਫਿਰ ਤੇ ਬੱਚੇ ਨੇ ਆਪੇ ਵਿਗੜਨਾ ਹੀ ਵਿਗੜਨਾ ਵਾ। ਤੇ ਇਸ ਕਰਕੇ ਜਿਵੇਂ ਕਿ ਹਾਂ ਸਵੇਰੇ ਮੈਂ ਬਰਥਡੇ ਦੀ ਗੱਲ ਕਰਨ ਦੀ, ਹੁਣ ਬਰਥਡੇ ਆਉਣ ਵਾਲਾ ਵਾ, ਨਹੀਂ ਤੇ ਬੱਚੇ ਵੱਲੋਂ ਕਿੰਨੇ ਹਨਾ ਜਿੱਦ ਕਰਦੇ ਆ ਕਿ ਮੈਂ ਆਪਣੇ ਆਪ ਵਾਲੇ ਦੋਸਤ ਨੂੰ ਪਾਰਟੀ ਦੇਣੀ, ਮੈਂ ਉਹ ਕਰਨਾ, ਇਹ ਕਰਨਾ। ਉਹਨੂੰ ਕੋਈ ਨਹੀਂ ਹੈਗਾ, ਉਹਨੂੰ ਇਹ ਕਿ ਮੰਮਾ ਜਿੱਥੇ ਤੁਸੀਂ ਚੱਲੋਗੇ ਆਪਾਂ ਚੱਲਾਂਗੇ ਬਸ। ਤੇ ਹੁਣ ਆਪਾਂ ਜਦ ਜਲਦੀ ਤੜਕਾ ਲਾ ਲਈਏ, ਮੇਰੇ ਵੀ ਬੱਚੇ ਆਉਣ ਵਾਲੇ ਆ। ਕੁਛ ਦਿਨਾਂ ਤੋਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਮੈਂ ਆਇਲ ਫਰੀ ਜਿਹੜੀ ਆ ਉਹ ਜਿਹੜੀ ਆ ਸਬਜ਼ੀ ਤਿਆਰ ਕਰਦੀ ਹਾਂ, ਮੈਂ ਕੋਈ ਆਇਲ ਨਹੀਂ ਪਾਉਂਦੀ। ਬਿਨਾਂ ਆਇਲ ਤੋਂ ਜਿਹੜਾ ਉਹ ਤੜਕਾ ਜਿਹੜਾ ਵਾ ਆਪਾਂ ਕਰਦੇ ਹਾਂ ਉਹ ਲੈਂਦੇ ਹਾਂ। ਅਤੇ ਇਹਦੇ ਨਾਲ ਤਾਂ ਇੱਕ ਤਾਂ ਤੁਹਾਨੂੰ ਪਤਾ ਤੇਲ ਦੇ ਵਿੱਚ ਕਿੰਨੀਆਂ ਮਿਲਾਵਟਾਂ ਆਉਂਦੀਆਂ ਵਾ ਅਤੇ ਕਿੰਨਾ ਕੁਛ ਹੁੰਦਾ ਹੈ ਨਾ, ਅਤੇ ਆਪਾਂ ਨੂੰ ਆਇਲ ਫਰੀ ਚੀਜ਼ ਖਾਣ ਨੂੰ ਮਿਲ ਜਾਂਦੀ ਹੈ ਅਤੇ ਇੱਕ ਸਬਜ਼ੀ ਇੰਨੀ ਟੇਸਟ ਬਣਦੀ ਨਾ, ਕੋਈ ਵੀ ਫਰਕ ਨਹੀਂ ਹੁੰਦਾ। ਤੁਸੀਂ ਵੀ ਟਰਾਈ ਕਰਕੇ ਦੇਖ ਸਕਦੇ ਜੇ, ਬਿਨਾਂ ਆਇਲ ਤੋਂ ਸਬਜ਼ੀ ਨੂੰ ਤੜਕਾ ਲਗਾ ਕੇ ਦੇਖ ਸਕਦੇ ਜੇ। ਮੈਂ ਕਿਤੇ ਹੀ ਹੱਦ ਤੱਕ ਜ਼ਰੂਰਤ ਪਵੇ ਤਾਂ ਆਇਲ ਯੂਜ਼ ਕਰਦੀ ਹਾਂ, ਅਦਰਵਾਈਜ਼ ਹੁਣ ਮੈਂ ਬਹੁਤ ਟਾਈਮ ਤੋਂ ਆਇਲ ਜਿਹੜਾ ਵਾ ਬਹੁਤ ਟਾਈਮ ਤੋਂ ਨਹੀਂ 10 ਕੁ ਦਿਨਾਂ ਤੋਂ ਬਿਨਾਂ ਆਇਲ ਫਰੀ ਜਿਹੜੀ ਆ ਉਹ ਚੀਜ਼ ਬਣਾ ਰਹੀ ਹਾਂ। ਅਤੇ ਚਲੋ ਹੁਣ ਆਪਾਂ ਜਲਦੀ ਜਲਦੀ ਤੜਕਾ ਲਈਏ। ਬਸ ਇਹ ਕਿ ਇਹਨੂੰ ਤੜਕੇ ਨੂੰ ਸਲੋ ਗੈਸ ਕਰਕੇ ਫਿਰ ਭੁੰਨਣਾ ਪੈਂਦਾ ਹੈ। ਮੈਂ ਫੜੀਆਂ ਨੂੰ ਰੋਕ ਜਾ, ਫੜੀਆਂ 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 ਫੜੀ ਉਹਨਾਂ ਟਾਈਮ ਅਸੀਂ ਬੰਨਿਆ ਸੀਗਾ ਬੱਚਿਆਂ ਦੇ ਕਰਕੇ ਸੁਣਾਈ ਤੇ ਉਹ ਜਦੋਂ ਇਹਨੂੰ ਛੱਡੀਦਾ ਨਾ ਉਦੋਂ ਤੇ ਇਹਨੂੰ ਪਤਾ ਨਹੀਂ ਕੀ ਹੋਣ ਲੱਗ ਜਾਂਦਾ ਇਹਨੂੰ ਸਾਰੀ ਖੁਸ਼ੀ ਲੈ ਲੈ ਛੱਡਦਾ ਲੈ ਉੜਕੀ ਜਾਂਦੀ ਤੇ ਅਜੇ ਵੀ ਥੋੜਾ ਥੋੜਾ ਮੀਂਹ ਪੈਣ ਦਿਆ ਵਾ ਟਾਈਮ ਅਜੇ ਲੈ 7 ਵਜੇ ਦਾ ਹੁੰਦਾ ਸਾਰਾ ਘਰ ਚ ਬਣਾ ਲਿਆ ਇਹਨੇ ਤੇ ਸਾਰਾ ਸੱਤ ਦਾ ਹੋ ਗਿਆ ਵਾ ਤੇ ਐ ਪੂਰਾ ਹਨੇਰਾ ਆ ਗਿਆ ਹੁਣ ਦਿਨ ਥੋੜੇ ਇਹਨਾਂ ਨੇ ਚੇਂਜ ਹੁੰਦੇ ਜਾਂਦੇ ਹਨੇਰਾ ਹੋਣ ਲੱਗ ਗਿਆ ਜਲਦੀ ਅੱਗੇ ਦਾ 8 ਵਜੇ ਦਾ ਐ ਪੂਰਾ ਚਾਨਣ ਹੁੰਦਾ ਕਾਲੂ 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 ਬਾਏ।